ਮੇਰੀਆਂ ਗੱਲਾਂ ਏ ਕੌੜੀਆਂ ਲੱਗਣਗੀਆਂ ਪਰ ਜ਼ਰੂਰੀ ਐ ਗੱਲਾਂ ਕੌੜੀਆਂ ਲਗਣੀਆਂ ਚਾਹੀਦੀਆਂ ਕਿਉਂਕਿ ਦਵਾਈ ਜਿਹੜੀ ਹੁੰਦੀ ਐ ਉਹ ਕੌੜੀ ਅਸਰ ਕਰਦੀ ਐ ਤੇ ਮੈਂ ਸਿੱਧਾ ਮੁੱਦੇ ਤੇ ਆਨਾ ਜਿਹੜੀ ਤੁਸੀਂ ਮੇਰੀ ਵੀਡੀਓ ਦੇ ਨਾਲ-ਨਾਲ ਵੀਡੀਓ ਚਲਦੀ ਦੇਖ ਰਹੇ ਹੋ ਇਹ ਲੋੜਮੰਦ ਮਰੀਜ਼ਾਂ ਦੀ ਵੀਡੀਓ ਐ ਜੋ ਸਾਡੇ ਗੁਰਸੱਭ ਦਾ ਹੁਕਮ ਰਿਹਾ ਕਿ ਮਰੀਜ਼ਾਂ ਦੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਜੁੱਤੀਆਂ ਮਾਰੋ ਸਾਡੇ ਸਿਰ 'ਚ ਆ ਕੇ ਤੁਸੀਂ ਉੱਥੇ ਬਹਿ ਕੇ ਕੁਝ ਦੇਖਦੇ ਹੋ ਕਿ ਹਾਂ ਭਈ ਇਹ ਐਨ ਜੀਓ ਅੱਦਾ ਠੱਗੀ ਮਾਰ ਰਹੀ ਐ ਅੱਦਾ ਗਲਤ ਕਰ ਰਹੀ ਔਰ ਲੋਕਾਂ ਮੂਰੇ ਵੀ ਖੁਲਾਸਾ ਕਰੋ ਕੁਝ-ਕੁਝ ਬੰਦੇ ਫੇਮ ਲੈਣ ਲਈ ਗੰਦੀ ਤੋਂ ਗੰਦੀ ਹੱਦ ਤੱਕ ਗਿਰ ਜਾਂਦੇ ਨੇ ਪਰ ਮੈਂ ਮਾਫੀ ਚਾਹਨਾ ਕਿ ਮੈਂ ਹੋਰ ਹੱਦ ਤੱਕ ਕਿਸੇ ਨਹੀਂ ਗਿਰ ਸਕਦਾ ਕਿ ਲੋਕ ਮੈਨੂੰ ਵੀ ਸੁਣਨ ਇਹ ਗੱਲਾਂ ਇਕੋੜੀਆਂ ਲੱਗਣਗੀਆਂ ਪਰ ਜ਼ਰੂਰੀ ਐ ਗੱਲਾਂ ਇਕੋੜੀਆਂ ਲਗਣੀਆਂ ਚਾਹੀਦੀਆਂ ਕਿਉਂਕਿ ਦਵਾਈ ਜਿਹੜੀ ਹੁੰਦੀ ਐ ਉਹ ਕੋੜੀ ਅਸਰ ਕਰਦੀ ਐ ਤੇ ਮੈਂ ਸਿੱਧਾ ਮੁੱਦੇ ਤੇ ਆਨਾ ਜਿਹੜੀ ਤੁਸੀਂ ਮੇਰੀ ਵੀਡੀਓ ਦੇ ਨਾਲ-ਨਾਲ ਵੀਡੀਓ ਚਲਦੀ ਦੇਖ ਰਹੇ ਹੋ ਇਹ ਲੋੜਮੰਦ ਮਰੀਜ਼ਾਂ ਦੀ ਵੀਡੀਓ ਆ ਜੋ ਸਾਡੇ ਗੁਰਸਾਹਿਬ ਦਾ ਹੁਕਮ ਰਿਹਾ ਕਿ ਮਰੀਜ਼ਾਂ ਦੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਅੱਜ ਤੋਂ 500 ਸਾਲ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਦਵਾਖਾਨਾ ਦੀ ਸ਼ੁਰੂਆਤ ਕੀਤੀ ਸੀ ਜਿੰਨੂੰ ਮੈਡੀਕਲ ਸੈਂਟਰ ਕਿਹਾ ਜਾਂਦਾ ਪੁਰਾਣੇ ਜ਼ਮਾਨੇ ਦੇ ਵਿੱਚ ਦਵਾਖਾਨਾ ਜਦੋਂ ਸ਼ੁਰੂ ਹੋਇਆ ਸੀ ਤਾਂ ਗੁਰੂ ਸਾਹਿਬ ਨੇ ਸਾਨੂੰ ਵੀ ਇਹੀ ਸਮਤ ਬਖਸ਼ੀ ਸੀ ਕਿ ਇਨਸਾਨੀਅਤ ਦੀ ਸੇਵਾ ਹੋਵੇ ਖੈਰ ਮੇਰੇ ਵਰਗੇ ਬੰਦੇ ਨੂੰ ਗੱਲਾਂ ਦਾ ਜਾਲ ਬਿਛਾਣਾ ਬਹੁਤ ਚੰਗੀ ਤਰ੍ਹਾਂ ਆਉਂਦਾ ਪਰ ਇਹਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਮੇਰੀ ਕਿਸੇ ਵੀ ਗੱਲ ਤੇ ਗੌਰ ਕਰਕੇ ਮੈਨੂੰ ਕੋਈ ਦਾਨ ਨਹੀਂ ਦੇਣਾ ਮੈਨੂੰ ਭਾਵੇਂ ਇੱਜ਼ਤ ਦਿਓ ਨਾ ਦਿਓ ਪਰ ਇਸ ਐਨਜੀਓ ਨੂੰ ਇਸ ਕੰਮ ਨੂੰ ਇੱਕ ਜ਼ਰੀਆ ਜੋ ਇਕੱਲਾ ਮੈਂ ਨਹੀਂ ਪੂਰੀ ਟੀਮ ਠੀਕ ਹੈ ਇੱਕ ਗੁਰਸਾਹਿਬ ਨੇ ਮੈਨੂੰ ਮੋਰੀ ਜਰੂਰ ਬਣਾਇਆ ਹੋਇਆ ਇੱਕ ਬੁੱਲਣ ਲਈ ਇੱਕ ਪਲੇਟਫਾਰਮ ਨੂੰ ਰਿਪਰੈਜ਼ੈਂਟ ਕਰਨ ਲਈ ਮੇਰੀ ਡਿਊਟੀ ਲਈ ਹੋਈ ਹੈ ਪਰ ਇਸ ਐਨਜੀਓ ਇੱਕ ਜ਼ਰੀਆ ਦੇ ਵਿੱਚ ਹਜ਼ਾਰੋਂ ਹੀ ਨੌਜਵਾਨ ਜਿਹੜੇ ਸੇਵਾ ਕਰ ਰਹੇ ਨੇ ਔਰ ਜਿਹੜੇ ਵਲੰਟੀਅਰ 1.200 ਵਲੰਟੀਅਰ ਜਿਹੜੇ ਮਿਹਨਤ ਕਰ ਰਹੇ ਨੇ ਆਫ ਕੈਮਰਾ ਉਹ ਕੈਮਰੇ ਦੇ ਅੱਗੇ ਨਹੀਂ ਆਉਂਦੇ ਇਹ ਨਹੀਂ ਹੈ ਕਿ ਉਹ ਆਣਾ ਚਾਹੁੰਦੇ ਨੇ ਤੇ ਮੈਂ ਨਹੀਂ ਉਹਨਾਂ ਨੂੰ ਅੱਗੇ ਲੈ ਕੇ ਆਂਦਾ ਹਰ ਕਿਸੇ ਦੇ ਇੱਕ ਕੀਤਾ ਹੈ ਹਰ ਕਿਸੇ ਨੂੰ ਦਾ ਇੱਕ ਇੱਕ ਆਪਣਾ ਆਪਣਾ ਸੇਵਾ ਕਰਨ ਦਾ ਟੰਗ ਹੈ ਕੋਈ ਬੰਦਾ ਗੁਪਤ ਸੇਵਾ 'ਚ ਵਿਸ਼ਵਾਸ ਰੱਖਦਾ ਹੈ ਕੋਈ ਮੇਰੇ ਵਰਗਾ ਕੈਮਰੇ 'ਚ ਲਾਈਵ ਹੋ ਕੇ ਲੋਕਾਂ ਨੂੰ ਇਨਸਪਾਇਰ ਕਰਨ ਦੇ ਵਿੱਚ ਜਿਹੜਾ ਵਿਸ਼ਵਾਸ ਰੱਖਦਾ तकरीबन 8 ਸਾਲ ਹੋ ਚੁੱਕੇ ਨੇ ਸੰਜੀਓ ਨੂੰ ਇੱਕ ਜ਼ਰੀਆ ਨੂੰ ਇੰਸਟਾਗ੍ਰਾਮ ਤੇ 10 ਲੱਖ ਦੇ ਤਕਰੀਬਨ ਜਿਹੜੀ ਸੰਗਤ ਹੈ ਭਰਾ ਭੈਣ ਮੇਰੇ ਜੁੜੇ ਹੋਏ ਨੇ ਫੇਸਬੁੱਕ ਤੇ 20 ਲੱਖ ਜੁੜੇ ਹੋਏ ਨੇ ਗੁਰੂ ਸਾਹਿਬ ਕਿਰਪਾ ਕਰਨ ਆਉਣ ਵਾਲੇ ਟਾਈਮ 'ਚ ਜੇ ਇਹ 100 ਮਿਲੀਅਨ ਜਾਂ 1000 ਮਿਲੀਅਨ ਵੀ ਹੁੰਦੇ ਨੇ ਤਾਂ ਮੈਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਸੋਚ ਕੇ ਗੱਲ ਕਹਿਣਾ ਕਿ ਇਹ ਸਾਰੀ ਜਿਹੜੀ ਵੀ ਸੁਣਨ ਵਾਲੀ ਸੰਗਤ ਹੋਏਗੀ ਇਹ ਮੈਂ ਹਮੇਸ਼ਾ ਕੋਸ਼ਿਸ਼ ਕਰੂੰਗਾ ਕਿ ਮੈਂ ਕਿਸੇ ਨਾ ਕਿਸੇ ਢੰਗ ਨਾਲ ਤੁਹਾਨੂੰ ਸੇਵਾ ਦੇ ਨਾਲ ਜੋੜਦਾ ਰਵਾਂ ਹਾਲਾਂਕਿ ਚਲੋ ਮੇਰੀ ਕੋਈ ਔਕਾਤ ਨਹੀਂ ਕਿ ਮੈਂ ਕਿਸੇ ਨੂੰ ਵੀ ਸੇਵਾ ਵੱਲ ਜੋੜਾਂ ਜਾਂ ਇਨਸਪਾਇਰ ਕਰਾਂ ਇਹ ਪਰਮਾਤਮਾ ਦੀ ਕਿਰਪਾ ਕਰਨ ਤੇ ਕਰਨ ਤੇ ਮੈਂ ਬੇਨਤੀ ਕਰਨਾ ਚਾਹੁੰਦਾ ਵੀਡੀਓ ਰਾਹੀਂ ਕਿ ਜਿਸ ਹੱਦ ਤੱਕ ਗਿਰ ਕੇ ਮੈਂ ਮਸ਼ਹੂਰ ਹੋਣਾ ਚਾਹੁੰਦਾ ਸੀ ਕੁਝ ਹਦਾਵਾਂ ਜ਼ਿੰਦਗੀ 'ਚ ਐਸੀਆਂ ਹੁੰਦੀਆਂ ਜਿਨ੍ਹਾਂ ਨੂੰ ਆਪਾਂ ਐਥਿਕਸ ਕਹਿੰਦੇ ਆ ਉਹ ਐਥਿਕਸ ਹੁੰਦੇ ਨੇ ਕਿ ਕੁਝ-ਕੁਝ ਬੰਦੇ ਫੇਮ ਲੈਣ ਲਈ ਗੰਦੀ ਤੋਂ ਗੰਦੀ ਹੱਦ ਤੱਕ ਗਿਰ ਜਾਂਦੇ ਨੇ ਪਰ ਮੈਂ ਮਾਫੀ ਚਾਹਨਾ ਕਿ ਮੈਂ ਹੋਰ ਹੱਦ ਤੱਕ ਕਿਸੇ ਨਹੀਂ ਗੇਰ ਸਕਦਾ ਕਿ ਲੋਕ ਮੈਨੂੰ ਵੀ ਸੁਣਨ ਹਾਲਾਂਕਿ ਮੇਰੇ ਬੋਲਣ ਦੇ ਸ਼ਬਦ ਕਈ ਵਾਰ ਕੋੜੇ ਹੋ ਜਾਂਦੇ ਨੇ ਜਿਹਦੇ ਕਰਕੇ ਲੋਕ ਮੇਰੇ ਨਾਲ ਇਤਰਾਜ਼ ਕਰਦੇ ਨੇ ਕਿ ਤੂੰ ਬੋਲਣ ਦਾ ਢੰਗ ਬਦਲ ਪਰ ਕੋਈ ਵੀ ਮੇਰੀ ਸਿਚੁਏਸ਼ਨ ਨਹੀਂ ਸਮਝਦਾ ਕਿ ਜਿਹੜੀ ਤੁਸੀਂ ਵੀਡੀਓ ਚਲਦੀ ਨਾਲ ਦੇਖ ਰਹੇ ਹੋ ਮਰੀਜ਼ਾਂ ਦੀ ਕਿੰਨੇ ਮਰੀਜ਼ 40 50 ਮਰੀਜ਼ ਹੋਣ ਵੀ ਇਸ ਟਾਈਮ ਪੰਜਾਬ ਦੇ ਅਲੱਗ-ਅਲੱਗ ਹਸਪੀਟਲਾਂ ਦੇ ਵਿੱਚ ਆਪਣਾ ਇਲਾਜ ਕਰਾ ਰਹੇ ਨੇ ਇਸ ਐਨ ਜੀਓ ਰਾਹੀਂ ਪਰ ਜਿਹੜੇ দান ਦੇਣ ਵਾਲੇ ਵੀਰ ਨੇ ਉਹਨਾਂ ਦੇ ਲਈ ਮੈਂ ਵੀਡੀਓ ਪਾਣਾ ਚਾਹਨਾ ਹੋ ਸਕਦਾ ਮੇਰੇ 'ਚ ਲੱਖ ਕਮੀਆਂ ਹੋਣ ਹੋ ਕੀ ਸਕਦਾ ਹੈ ਮੇਰੇ 'ਚ ਮੈਂ ਇਨਸਾਨ ਹ ਮੇਰੇ 'ਚ ਲੱਖ ਕਮੀਆਂ ਨੇ ਹਰ ਇਨਸਾਨ 'ਚ ਹੁੰਦੀਆਂ ਨੇ ਪਰ ਮੈਂ ਬੇਨਤੀ ਕਰਨਾ ਚਾਹਨਾ ਤੁਸੀਂ ਮੇਰੀ ਬੋਲੀ ਤੇ ਮੇਰੇ ਕੱਪੜਿਆਂ ਤੇ ਮੇਰੇ ਪਹਿਰਾਵੇ ਤੇ ਮੇਰੀ ਸ਼ਕਲ ਤੇ ਧਿਆਨ ਦੇਣ ਦੀ ਬਜਾਏ ਜੇ ਤੁਸੀਂ ਇਸ ਐਨ ਜੀਓ ਦੀ ਸੇਵਾ ਵੱਲ ਜਿਹੜੀ ਇਹ ਗੁਰੂ ਸਾਹਿਬ ਆਪ ਨੇੜੇ ਹੋ ਕੇ ਲੈ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਜਿਹੜਾ ਇਸ ਐਨ ਜੀਓ ਦੇ ਕੰਮ ਕਰਨ ਦਾ ਤਰੀਕਾ ਹੈ ਬਿਨਾ ਕਿਸੇ ਕਾਊਂਟ ਨੰਬਰ ਤੋਂ ਕੰਟੀਨਿਊਟੀ ਦੇ ਨਾਲ 8 ਸਾਲ ਹੋ ਚੁੱਕੇ ਨੇ ਮੈਂ ਖਾਸ ਕਰ ਲੁਧਿਆਣੇ ਸ਼ਹਿਰ ਦੇ ਲੋਕਾਂ ਨੂੰ ਬਹੁਤ ਇੰਡਸਟ੍ਰੀਅਲਿਸਟ ਨੇ ਲੁਧਿਆਣੇ ਮੈਂ ਹੱਥ ਜੋੜ ਕੇ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਮੈਂ ਭੀਖ ਮੰਗਦਾ ਆਪਣੇ ਲਈ ਨਹੀਂ ਇਹਨਾਂ ਲੋਕਾਂ ਲਈ ਮੈਂ ਕੁਝ ਨਹੀਂ ਚਾਹੁੰਦਾ ਕਿ ਤੁਸੀਂ ਮੇਰੀ ਮੇਰੀ ਤਾਰੀਫ ਦੇ ਵਿੱਚ ਇੱਕ ਸ਼ਬਦ ਵੀ ਬੋਲੋ ਪਰ ਕਿਉਂਕਿ ਜਦੋਂ ਵੀ ਅਸੀਂ ਕਿਸੇ ਬੰਦੇ ਨੂੰ ਪਸੰਦ ਕਰਦੇ ਆ ਨਾ ਤੁਸੀਂ ਮੈਨੂੰ ਸੁਣਦੇ ਹੋ ਮੈਂ ਵੀ ਕਿਸੇ ਨਾ ਕਿਸੇ ਨੂੰ ਸੁਣਦਾ ਹੋਊਂਗਾ ਮੈਂ ਵੀ ਕਿਸੇ ਨਾ ਕਿਸੇ ਤੋਂ ਇਨਸਪਾਇਰਡ ਹਾਂ ਮੇਰਾ ਵੀ ਕੋਈ ਨਾ ਕੋਈ ਆਈਡਲ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਉਸ ਸ਼ੈਤਾਨੀ ਉਸ ਦਿਮਾਗ ਦੇ ਪਿੱਛੇ ਉਸ ਸ਼ੈਤਾਨੀ ਦਿਮਾਗ ਕੀ ਚੱਲ ਰਿਹਾ ਅੱਜ ਜੇ ਮੈਂ ਮਿੱਠੀਆਂ ਮਿੱਠੀਆਂ ਗੱਲਾਂ ਬੋਲ ਕੇ ਕਿਸੇ ਨੂੰ ਇਨਸਪਾਇਰ ਕਰ ਦਿੰਨਾ ਜਾਂ ਕੋਈ ਯੂਥ ਮੈਨੂੰ ਮੈਸੇਜ ਕਰਦੀ ਹੈ ਕਿ ਵੀਰੇ ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਇਨਸਪਾਇਰ ਇਨਸਪੀਰੇਸ਼ਨ ਮਿਲ ਗਈ ਮੈਂ ਸੇਵਾ ਕਰਨ ਲੱਗ ਗਿਆ ਤੁਸੀਂ ਸਿਰਫ ਉਸ ਸ਼ਬਦਾਂ ਵੱਲ ਧਿਆਨ ਦੇਣ ਇਹਦੇ ਪਿੱਛੇ ਇਹ ਗੱਲਾਂ ਪਿੱਛੇ ਇਹ ਐਨਜੀਓ ਪਿੱਛੇ ਇਹ ਮਿਹਨਤ ਪਿੱਛੇ ਇਹ ਸੇਵਾ ਪਿੱਛੇ ਮੇਰਾ ਕੀ ਸ਼ੈਤਾਨੀ ਦਿਮਾਗ ਹੈ ਇਹਦਾ ਤੁਸੀਂ ਬੋਝ ਨਹੀਂ ਪਾਣਾ ਇਹਦੇ ਲਈ ਗੁਰਸਾਹਿਬ ਬੈਠੇ ਨੇ ਪਰਮਾਤਮਾ ਹਮੇਸ਼ਾ ਅੰਗ ਸੰਗ ਨੇ ਔਰ ਉਹ ਹਰ ਕਿਸੇ ਦੇ ਅੰਗ ਸੰਗ ਨੇ ਕੋਈ ਵੀ ਬੰਦਾ ਮਿੱਠੀਆਂ ਗੱਲਾਂ ਬੋਲ ਕੇ ਚਾਰ ਲੋਕਾਂ ਨੂੰ ਆਪਣੇ ਵੱਲ ਅਟਰੈਕਟ ਕਰ ਸਕਦਾ ਪਰ ਬਾਈ ਜੀ ਪਰਮਾਤਮਾ ਉਹ ਵੀ ਜਾਣਦਾ ਜੋ ਸਿਰਫ ਤੁਹਾਡੀ ਜ਼ੁਬਾਨ ਤੇ ਨਹੀਂ ਤੁਹਾਡੇ ਦਿਮਾਗ ਚ ਵੀ ਚੱਲ ਰਿਹਾ ਉਹ ਉਹ ਵੀ ਜਾਣਦਾ ਇਸ ਕਰਕੇ ਇਸ ਸੇਵਾ ਦੇ ਪਿੱਛੇ ਜੇ ਕੋਈ ਮੇਰਾ ਜਾਂ ਮੇਰੀ ਟੀਮ ਦਾ ਸ਼ਤਾਨੀ ਦਿਮਾਗ ਹੈਗਾ ਕੁਝ ਲੋਕਾਂ ਦੇ ਹਿਸਾਬ ਨਾਲ ਤਾਂ ਉਹ ਪਰਮਾਤਮਾ ਤੇ ਛੱਡ ਦਿਓ ਉਹ ਬਿਲਕੁਲ ਪੂਰਾ ਨਿਵੇੜਾ ਕਰਨਗੇ ਕਿਉਂਕਿ ਉਹਨਾਂ ਦੀ ਅੱਖਾਂ ਤੋਂ ਕੁਝ ਉੱਲਾ ਨਹੀਂ ਹੈਗਾ ਪਰ ਸੰਗਤ ਜਿਹੜੀ ਵੀਡੀਓ ਦੇਖਦੀ ਹੈ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹਨਾ ਕਿ ਜਿਹੜੀ ਤੁਸੀਂ ਸਕਰੀਨ ਦੇ ਉੱਪਰ ਚੱਲ ਰਿਹਾ ਆਪਣੇ ਮਰੀਜ਼ ਦੇਖ ਲਿਓ ਦੇਖ ਰਹੇ ਹੋ ਇਹਨਾਂ ਨੂੰ ਦਵਾਈਆਂ ਦੀ ਲੋੜ ਹੈ ਪਿੱਛੇ ਮੈਂ ਵੀਡੀਓ ਪਾਈ ਸੀ ਫਰੀਦਕੋਟ ਦੇ ਵਿੱਚ ਫਰੀਦਕੋਟ ਮੈਡੀਕਲ ਦੇ ਵਿੱਚ 50000 ਰੁਪਏ ਦਵਾਈਆਂ ਦਾ ਸਾਡਾ ਮਾਈਨਸ 'ਚ ਚਲਾ ਗਿਆ ਮਤਲਬ ਕਿ 50000 ਦੀਆਂ ਦਵਾਈਆਂ ਚੱਲ ਗਈਆਂ ਪਰ ਉੱਥੇ ਪੈਸੇ ਨਹੀਂ ਜਮਾ ਸੀ ਦੁਕਾਨ ਤੇ ਬਾਈ ਜੀ ਦਵਾਈਆਂ ਬੰਦ ਕਰ ਦਿੱਤੀਆਂ ਗਈ ਇਹਦੇ ਵਿੱਚ ਦੁਕਾਨ ਵਾਲੇ ਵੀਰ ਦਾ ਵੀ ਕੋਈ ਕਸੂਰ ਨਹੀਂ ਕਿਉਂਕਿ ਜਿਹੜੇ ਦਵਾਈਆਂ ਨੇ ਉਹ ਪੈਸਿਆਂ ਨਾਲ ਲਾਣੀਆਂ ਨੇ ਮੈਂ ਬੇਨ ਸਾਡੇ ਮੂੰਹ ਨੂੰ ਨਹੀਂ ਪਰ ਗੁਰਸਾਹਿਬ ਵੱਲੋਂ ਦੱਸੀ ਗਈ ਜਿਹੜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਉਹ ਧਿਆਨ ਚ ਰੱਖਦੇ ਹੋਏ ਇਹਨਾਂ ਲੋਕਾਂ ਦੀ ਮਦਦ ਲਈ ਜਰੂਰ ਅੱਗੇ ਆਓ ਮੈਂ ਲੁਧਿਆਣੇ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹਨਾ ਜਿੱਥੇ ਤੱਕ ਮੇਰੀ ਇਹ ਵੀਡੀਓ ਪਹੁੰਚ ਸਕਦੀ ਹੈ ਜਰੂਰ ਪਹੁੰਚਾਓ WhatsApp ਗਰੁੱਪਾਂ ਦੇ ਵਿੱਚ ਸ਼ੇਅਰ ਕਰੋ ਟੈਗ ਕਰੋ ਲੋਕਾਂ ਨੂੰ ਲੁਧਿਆਣੇ ਸਾਡੀ ਟੀਮ ਆਪਣੀ ਮਿਹਨਤ ਦੇ ਨਾਲ ਤਿੰਦੇਹੀ ਦੇ ਨਾਲ ਧੁੱਪ ਨੇਰੀ ਬਾਰਿਸ਼ ਦੇ ਵਿੱਚ ਰੋਜ਼ ਸਵੇਰੇ 2 ਘੰਟੇ ਤੇ ਸ਼ਾਮ ਨੂੰ 2 ਘੰਟੇ ਸਵੇਰੇ ਸਿਵਲ ਹਸਪੀਟਲ ਲੁਧਿਆਣੇ 10 ਤੋਂ 12 ਸ਼ਾਮ ਨੂੰ 7 ਤੋਂ 9 ਮੋਡਲ ਟਾਊਨ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਕੁਲਚਾ ਲੈਂਡ ਵਾਲੀ ਮਾਰਕੀਟ ਹੈ ਤੇ ਉੱਥੇ ਬੈਠਦੇ ਹਾਂ 7 ਤੋਂ 9 ਰਾਤ ਨੂੰ ਮੇਰੀ ਬੇਨਤੀ ਹੈ ਇੱਕ ਵਾਰੀ ਸਾਨੂੰ ਆ ਕੇ ਜਰੂਰ ਮਿਲੋ ਜੁੱਤੀਆਂ ਮਾਰੋ ਸਾਡੇ ਸਿਰ 'ਚ ਆ ਕੇ ਤੇ ਤੁਸੀਂ ਉੱਥੇ ਬਹਿ ਕੇ ਕੁਝ ਦੇਖਦੇ ਹੋ ਕਿ ਹਾਂ ਭਈ ਇਹ ਐਨਜੀਓ ਇੱਦਾਂ ਠੱਗੀ ਮਾਰ ਰਹੀ ਐ ਇੱਦਾਂ ਗਲਤ ਕਰ ਰਹੀ ਔਰ ਲੋਕਾਂ ਮੂਰੇ ਵੀ ਖੁਲਾਸਾ ਕਰੋ ਪ੍ਰਮਾਤਮਾ ਨੂੰ ਪਿਆਰ ਕਰਨਾ ਕੱਲਾ ਗੱਲਾਂ ਨਾਲ ਨਹੀਂ ਕਹਿੰਦੇ ਨਾ ਪਿਓ ਨੂੰ ਘੱਟ ਮੰਨੋ ਪਿਓ ਦੀ ਜ਼ਿਆਦਾ ਮੰਨੋ ਅੱਜ ਮੈਂ ਘਰੇ ਆਪਣੇ ਪਿਓ ਦੀ ਇੱਜ਼ਤ ਨਾ ਕਰਾਂ ਉਹਨੂੰ ਪਾਣੀ ਦਾ ਗਲਾਸ ਨਾ ਪੁੱਛਾਂ ਪਰ ਜੇ ਮੇਰੇ ਪਿਓ ਨੂੰ ਕੋਈ ਗਾਲ ਕੱਢੇ ਤਾਂ ਮੇਰਾ ਖੂਨ ਖੋਲ ਪਵੇ ਇਹ ਮੈਂ ਕੋਈ ਬੰਦਿਆਂ ਵਾਲੀ ਮੇਰੀ ਕੋਈ ਇਨਸਾਨਾਂ ਵਾਲੀ ਗੱਲਬਾਤ ਨਹੀਂ ਹੈਗੀ ਅਸੀਂ ਜਿੰਨੂੰ ਵੀ ਮੰਨਦੇ ਆ ਭਾਵੇਂ ਉਹ ਭਗਵਤ ਗੀਤਾ ਜੀ ਹੈ ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਜੀ ਹੈ ਸਭ 'ਚ ਇਹੀ ਲਿਖਿਆ ਹੈ ਇਨਸਾਨੀਅਤ ਦੀ ਸੇਵਾ ਸਭ ਤੋਂ ਵੱਡੀ ਸੇਵਾ ਲੋਕਾਂ ਨੂੰ ਪਿਆਰ ਕਰੋ ਸੇਵਾ ਕਰੋ ਔਰ ਜ਼ਿੰਦਗੀ ਦਾ ਨਿਚੋੜ ਵੀ ਇਹੀ ਹੈ ਤੁਸੀਂ ਜਿੰਨੇ ਮਰਜ਼ੀ ਵੱਡੇ ਵਿਦਵਾਨ ਦੇ ਇੰਟਰਵਿਊ ਸੁਣ ਲਓ ਜਿਨ੍ਹਾਂ ਨੂੰ ਤੁਸੀਂ ਸੁਣਦੇ ਹੋ ਜਾਂ ਜਿਨ੍ਹਾਂ ਨੂੰ ਤੁਸੀਂ ਆਈਡਲ ਮੰਨਦੇ ਹੋ ਕਿਸੇ ਵਰਗਾ ਤਾਂ ਜ਼ਿੰਦਗੀ ਉਹਨਾਂ ਨੂੰ ਸੁਣੋ ਉਹ ਵੀ ਇਹੀ ਕਹਿੰਦੇ ਨੇ ਕਿ ਜ਼ਿੰਦਗੀ ਦਾ ਐਂਡ ਨਿਚੋੜ ਸੇਵਾ ਹੈ ਵੱਡੇ ਵੱਡੇ ਅਮੀਰ ਇੰਡਸਟਰੀਅਲਿਸਟ ਕਾਰਪੋਰੇਟ ਘਰਾਣੇ ਟਾਟਾ ਬਿਰਲਾ ਵਰਗੇ ਅੱਜ ਇਸ ਉਮਰ ਦੇ ਵਿੱਚ ਜਾ ਕੇ ਸਾਰਾ ਕੁਝ ਡੋਨੇਟ ਕਰਨ ਨੂੰ ਤਿਆਰ ਹੋ ਚੁੱਕੇ ਨੇ ਕਿਉਂਕਿ ਉਹਨਾਂ ਨੂੰ ਸਮਝ ਆ ਚੁੱਕੀ ਹੈ ਕਿ ਕੁਝ ਵੀ ਨਾਲ ਨਹੀਂ ਜਾਣਾ ਗੁਰੂ ਦਾ ਨਾਮ ਹੈ ਜਿਹੜਾ ਉਹ ਅਮਰ ਹੈ ਤੇ ਪ੍ਰਮਾਤਮਾ ਵੱਲੋਂ ਇਨਸਾਨੀਅਤ ਜਿਹੜੀ ਧਰਮ ਇਨਸਾਨੀਅਤ ਦਾ ਧਰਮ ਸਭ ਤੋਂ ਵੱਡਾ ਧਰਮ ਹੈ ਇਨਸਾਨ ਤਾਂ ਆਪਾਂ ਅੱਜ ਹਰ ਕਿਤੇ ਦੇਖਦੇ ਆਂ ਪਰ ਇਨਸਾਨੀਅਤ ਨਹੀਂ ਦੇਖਦੇ ਕੱਲ ਦੀ ਮੈਂ ਜੇ ਗੱਲ ਕਰਾਂ ਸਕਰੀਨ ਦੇ ਉੱਪਰ ਵੀਡੀਓ ਚੱਲ ਰਹੀ ਹੈ ਅਸੀਂ ਇੱਕ ਪੇਸ਼ੈਂਟ ਦੇ ਘਰ ਗਏ ਅਸੀਂ ਆਪਣੇ ਵੱਲੋਂ ਪੂਰੀ ਪਾਰਦਰਸ਼ੀ ਦੇ ਨਾਲ ਲੋਕਾਂ ਨੂੰ ਇਨਸਪਾਇਰ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡਦੇ ਅਸੀਂ ਐਂਬੂਲੈਂਸ ਲੈ ਕੇ ਪੇਸ਼ੈਂਟ ਦੇ ਘਰ ਗਏ ਪੇਸ਼ੈਂਟ ਦੇ ਘਰ ਦੇ ਹਾਲਾਤ ਦਿਖਾਏ ਲੋਕਾਂ ਨੂੰ ਕਿ ਦੇਖੋ ਕਿਵੇਂ 6 ਮਹੀਨਿਆਂ ਤੋਂ ਇੱਕ ਘਰ ਦੇ ਵਿੱਚ ਇੱਕ ਜਦੋਂ ਔਰਤ ਇੱਕ ਮਾਂ ਇੱਕ ਭੈਣ ਜਦੋਂ ਬੈੱਡ ਤੇ ਪੈ ਜਾਂਦੀ ਹੈ ਤਾਂ ਉਸ ਘਰ ਦੇ ਹਾਲਾਤ ਕੀ ਹੁੰਦੇ ਨੇ ਕਈ ਵਾਰੀ ਕੋਈ ਘਟਨਾ ਹੋ ਜਾਂਦੀ ਹੈ ਲੋਕ ਉਦੋਂ ਉੱਠਦੇ ਨੇ ਪਰ ਮੈਂ ਕਹਿੰਦਾ ਕਿ ਘਟਨਾ ਤੋਂ ਪਹਿਲਾਂ ਹੀ ਉਸ ਤੋਂ ਜੇ ਪਹਿਲਾਂ ਅਸੀਂ ਉੱਠ ਜਾਈਏ ਤਾਂ ਜ਼ਿਆਦਾ ਵਧੀਆ ਗੱਲ ਹੈ ਇੱਕ ਬੱਚਾ 16-17 ਸਾਲ ਦਾ ਜਿਹੜਾ 6 ਮਹੀਨੇ ਤੋਂ ਉਸ ਘਰ ਦੇ ਵਿੱਚ ਜਿਹੜੇ ਰਹਿ ਰਿਹਾ ਜਿਹਦਾ ਬਾਥਰੂਮ ਵੀ ਬੰਦ ਹੋ ਚੁੱਕਾ ਹੈ ਘਰ ਨਰਕ ਦੇ ਵੱਲ ਜਾ ਰਿਹਾ ਪੌੜੀਆਂ ਦੇ ਵਿੱਚ ਜਿਹੜੀ ਉਹ ਜੰਗਾਲ ਕਹਿੰਦੇ ਪੌੜੀਆਂ ਚ ਜਿਹੜੀ ਉਹ ਹੁੰਦੀ ਹੈ ਉਹ ਉਗ ਪੈਂਦੀ ਘਾਹ ਉਗ ਪੈਂਦਾ ਹਾਲਾਤ ਐਸੇ ਹੋ ਚੁੱਕੇ ਸੀ ਘਰ ਦੇ ਤੁਸੀਂ ਵੀਡੀਓ ਦੇਖ ਰਹੇ ਹੋ ਛੋਟਾ ਬੱਚਾ ਵਿਚਾਰਾ ਇੱਕ 6-7 ਸਾਲ ਦਾ ਉਹਦੀ ਲੱਤ ਖਰਾਬ ਹੈ ਉਹ ਮਾਂ ਨੂੰ ਦੇਖ ਕੇ ਰੋ ਰਿਹਾ ਤੇ ਉਹਦੀ ਡੈਥ ਹੋ ਚੁੱਕੇ ਕੋਈ ਰਿਸ਼ਤੇਦਾਰ ਨੇੜੇ ਨਹੀਂ ਲੱਗ ਰਿਹਾ ਗਵਾਂਢੀ ਹੋ ਕੇ ਇਕੱਠੇ ਉਹਦੀ ਹੈਲਪ ਕਰਨਾ ਚਾਹੁੰਦੇ ਨੇ ਇਸ ਤੋਂ ਜ਼ਿਆਦਾ ਮੈਂ ਤੁਹਾਡੇ ਮੋਰੇ ਕੀ ਪਰਦਰਸ਼ੀ ਰੱਖਾਂ ਮੇਰੀ ਬੋਲੀ ਤੇ ਤਾਂ ਬਹੁਤ ਇਤਰਾਜ਼ ਹੋਉਂਦਾ ਪਰ ਮੇਰੀਆਂ ਫੀਲਿੰਗਸ ਵੀ ਸਮਝੋ ਕਿ ਮੈਂ ਇਹ ਬੋਲ ਰਿਹਾ ਕਿਦੇ ਲਈ ਬੋਲ ਰਿਹਾ ਕਿ ਮੈਨੂੰ ਕੋਈ ਪਰਮਾਤਮਾ ਕੋਲੋਂ ਕੁਝ ਚਾਹੀਦਾ ਬਸ ਮੈਂ ਚਾਹੁੰਦਾ ਕਿ ਜਿਹੜੀ ਨੇੜਤਾ ਦੇ ਨਾਲ ਮੈਂ ਲੋਕਾਂ ਦੇ ਦੁੱਖ ਦੇਖਦਾ ਤੁਸੀਂ ਵੀ ਉਸ ਚੀਜ਼ ਨੂੰ ਸਮਝੋ ਹਾਲਾਂਕਿ ਤੁਸੀਂ ਸਮਝਦੇ ਹੋਵੋਗੇ ਤੁਸੀਂ ਵੀ ਦਾਨ ਕਰਦੇ ਹੋਗੇ ਪਰ ਉਹ ਦਾਨ ਜਾ ਕਿੱਥੇ ਰਿਹਾ ਦਾਨ ਮੇਰੇ ਵਰਗੇ ਬੰਦੇ ਜਦੋਂ ਵਧੀਆ ਦੋ ਬੋਲ ਬੋਲਦੇ ਨੇ ਇੰਸਟਾਗ੍ਰਾਮ ਤੇ ਜਾਂ ਫੇਸਬੁੱਕ ਤੇ ਤੁਸੀਂ ਇਨਸਪਾਇਰ ਹੋ ਕੇ ਮੇਰੇ ਖਾਤਿਆਂ 'ਚ ਪੈਸੇ ਭੇਜਦੇ ਨੇ ਉਹ ਗਲਤ ਗੱਲ ਮੈਂ ਦੱਸ ਦੇਣਾ ਚਾਹੁੰਦਾ ਕਿ ਸਾਡੀ ਐਨਜੀਓ ਦਾ ਕੋਈ ਅਕਾਊਂਟ ਨੰਬਰ ਪਲੇਟਫਾਰਮ ਆ ਕੇ ਸਾਡੇ ਤੇ ਦਸੇ ਲੋਕਾਂ ਨੂੰ ਕਿ ਭਾਈ ਇਹ ਝੂਠ ਬੋਲਦੇ ਨੇ ਬਿਨਾ ਅਕਾਊਂਟ ਨੰਬਰ ਤੋਂ ਨਹੀਂ ਇਹ ਪੈਸੇ ਲੈ ਕੇ ਆ ਦੇਖੋ ਜੀ ਏਦਾਂ ਕੰਮ ਕੁੰਡੀ ਮਾਰ ਰਹੇ ਨੇ ਤੁਸੀਂ ਆਪ ਇਸ ਐਨਜੀਓ ਦਾ ਹਿੱਸਾ ਬਣੋ ਮੈਂ ਐਨਆਰਆਈਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਭਾਈ ਤੁਹਾਡੇ ਪੰਜਾਬ 'ਚ ਜੇ ਇੰਨਾ ਦਾਨ ਦੇਣ ਦੇ ਬਾਵਜੂਦ ਲੋਕ ਦਵਾਈਆਂ ਤੋਂ ਮਰ ਰਹੇ ਨੇ ਤਾਂ ਮੇਰੀ ਗੱਲ ਦਾ ਗੁੱਸਾ ਨਾ ਕਰੋ ਤੁਹਾਡਾ ਦਾਨ ਸਹੀ ਜਗ੍ਹਾ ਨਹੀਂ ਲੱਗ ਰਿਹਾ ਤੁਸੀਂ 5 ਰੁਪਏ ਵੀ ਦਾਨ ਦਿਨੇ ਹੋ ਤੁਹਾਡੀ ਜ਼ਿੰਮੇਵਾਰੀ ਉਹ ਸਹੀ ਜਗ੍ਹਾ ਲੱਗੇ ਫਰੀਦਕੋਟ ਚੰਡੀਗੜ੍ਹ ਪੀਜੀਆਈ ਬਠਿੰਡੇ ਏਮਜ਼ ਅੰਮ੍ਰਿਤਸਰ ਲੁਧਿਆਣੇ ਇੰਨੇ ਮਰੀਜ਼ ਬਿਨਾ ਦਵਾਈਆਂ ਤੋਂ ਰੋਜ਼ ਤੜਪ ਰਹੇ ਨੇ ਔਰ ਆਪਣੇ ਦੁੱਖ ਆ ਕੇ ਸਾਡੇ ਮੂਰੇ ਸਾਂਝੇ ਕਰਦੇ ਨੇ ਤੁਸੀਂ ਦੇਖੋ ਵੀਡੀਓ ਨਾਲ ਚੱਲ ਰਹੀ ਹੈ ਇਹਨਾਂ ਦਾ ਸ਼ੌਂਕ ਨਹੀਂ ਆ ਮੰਗਣਾ ਇਹਨਾਂ ਦਾ ਦਿਲ ਨਹੀਂ ਕਰਦਾ ਹੱਥ ੱਡਣ ਪਰ ਮਜਬੂਰ ਨੇ ਔਰ ਜੇ ਗੁਰਸਾਹਿਬ ਨੇ ਤੁਹਾਨੂੰ ਇੰਨੇ ਜੋਗਾ ਬਣਾਇਆ ਕਿ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਕਰੋ ਔਰ ਇਕੱਲੀ ਮਦਦ ਪੈਸੇ ਨਾਲ ਨਹੀਂ ਇਸ ਵੀਡੀਓ ਨੂੰ ਸ਼ੇਅਰ ਕਰੋ ਹਰ ਵਟਸਐਪ ਗਰੁੱਪ ਦੇ ਵਿੱਚ ਵੱਡੇ ਵੱਡੇ ਸੈਲੀਬ੍ਰਿਟੀ ਨੂੰ ਟੈਗ ਕਰੋ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਇਸ ਐਨਜੀਓ ਦਾ ਤਰੀਕਾ ਤਾਂ ਹੀ ਇਹ ਹੈ ਪੈਸੇ ਨਾ ਫੜਨੇ ਕਿ ਲੋਕਾਂ ਨੂੰ ਦਿਲ ਚ ਇਹ ਨਾ ਆਵੇ ਕਿ ਭਾਈ ਇਹ ਪੈਸੇ ਖਾ ਗਏ ਜਾਂ ਇਹਨਾਂ ਨੂੰ ਦੇਖੋ ਆ ਫਾਇਦਾ ਹੋ ਰਿਹਾ ਮੇਰੀਆਂ ਗੱਲਾਂ 'ਤੇ ਗੌਰ ਕਰਿਓ ਕੋਈ ਮੇਰੇ ਤੋਂ ਗਲਤੀ ਹੋ ਗਈ ਹੋਵੇ ਤਾਂ ਮੈਨੂੰ ਚਾਰ ਗਾਲਾਂ ਕੱਢ ਲਿਓ ਮੈਨੂੰ ਪਿਆਰ ਭਾਵੇਂ ਕੱਟ ਕਰਿਓ ਨਾ ਕਰਿਓ ਇਸ ਜਿਹੜਾ ਕੰਮ ਇਹ ਹੋ ਰਿਹਾ ਜਿਹੜੀ ਪੂਰੀ ਏਕ ਜ਼ਰੀਆ ਦੀ ਟੀਮ ਕਰ ਰਹੀ ਹੈ ਦਿਲੋਂ ਸੇਵਾ ਵੈਸੇ ਤਾਂ ਆਪਾਂ ਕਹਿੰਨੇ ਕੋਈ ਅੱਗੇ ਨਹੀਂ ਲੱਗਦਾ ਪਰ ਜੇ ਕੋਈ ਲੱਗ ਰਿਹਾ ਤਾਂ ਉਹਨਾਂ ਦਾ ਸਾਥ ਉਹਨਾਂ ਦੇਓ ਪਰ ਇਹਨਾਂ ਮਰੀਜ਼ਾਂ ਦਾ ਤਾਂ ਸਾਥ ਦਿਓ ਮੈਦਾਨੀ ਸੱਜਣਾਂ ਨੂੰ ਬੇਨਤੀ ਕਰਨਾ ਚਾਹੁੰਦਾ ਤੁਸੀਂ ਸਾਨੂੰ ਆ ਕੇ ਭਾਵੇਂ ਖੇੜੇ ਮੱਥੇ ਨਾ ਬੁਲਾਓ ਤੁਸੀਂ ਸਾਡੇ ਨਾਲ ਨਫ਼ਰਤ ਕਰੋ ਕੋਈ ਗੱਲ ਨਹੀਂ ਉਹ ਗੁਰਸਾਹਿਬ ਦੇਖ ਰਹੇ ਹਨ ਪਰ ਬਾਈ ਜੀ ਜਿਹੜੇ ਮਰੀਜ਼ਾਂ ਵਾਰੇ ਅਸੀਂ ਰੋਜ਼ ਲਾਈਵ ਹੁੰਨੇ ਆ ਸ਼ਾਮ ਨੂੰ ਜਾਂ ਉੱਥੇ ਲੋਕਾਂ ਨੂੰ ਮਿਲਦੇ ਆ ਇਹਨਾਂ ਦੀ ਹੈਲਪ ਵਾਸਤੇ ਤਾਂ ਆਓ ਅਸੀਂ ਆਪਣੇ ਲਈ ਤਾਂ ਦਾਨ ਮੰਗਦੇ ਹੀ ਨਹੀਂ ਅਸੀਂ ਤਾਂ ਕੁਰਸੀਆਂ ਡਾਹ ਕੇ ਰੋਡ ਦੇ ਕਿਨਾਰੇ ਬਹਿ ਕੇ ਸੇਵਾ ਕਰਦੇ ਆ ਅਸੀਂ ਤਾਂ ਕਦੀ ਆਪਣੇ ਲਈ ਕਦੀ ਕੁਝ ਮੰਗਿਆ ਹੀ ਨਹੀਂ ਹੋਪ ਮੇਰੀਆਂ ਗੱਲਾਂ ਤੁਸੀਂ ਗੌਰ ਕਰੋਗੇ ਕੋਈ ਸਲਾਹ ਦੇਣੀ ਹੋਏ ਕਮੈਂਟ ਕਰ ਦਿਓ ਉੱਪਰ ਵੀਡੀਓ ਦਿੱਤੇ ਗਏ ਸਕਰੀਨ ਦੇ ਨੰਬਰਾਂ ਤੇ ਕਾਲ ਕਰ ਦਿਓ ਮਾਫ ਕਰ ਦਿਓ ਮੈਂ ਬੱਚਾ ਹਾਂ ਜੀ ਮੈਨੂੰ ਇੰਨੀ ਅਕਲ ਨਹੀਂ ਹੈਗੀ ਜਿੰਨੀ ਕਿ ਮੈਨੂੰ ਅਕਲ ਹੈਗੀ ਹੈ ਜਿੰਨੀ ਕਿ ਮੈਨੂੰ ਬੁੱਧੀ ਹੈਗੀ ਹੈ ਉਸ ਹੱਬ ਨਾਲ ਅਸੀਂ ਕੰਮ ਕਰੀ ਜਾਂਦੇ ਆ ਬੜੀ ਟੀਮ ਦੀ ਮਿਹਨਤ ਹੈ ਇਹ ਇਕੱਲਾ ਚਿਹਰਾ ਜਰੂਰ ਮੈਂ ਅੱਗੇ ਹੋ ਜਾਣਾ ਹਰ ਵਾਰੀ ਬੋਲ ਕੇ ਪਰ ਜਿਹੜੀ ਇੱਜ਼ਤ ਸਤਕਾਰ ਪਿਆਰ ਦੀ ਹੱਕਦਾਰ ਉਹ ਟੀਮ ਕੈਮਰੇ ਦੇ ਪਿੱਛੇ ਆ ਮੈਂ ਉਹਨਾਂ ਵੀਰਾਂ ਦਾ ਸਾਰਿਆਂ ਦਾ ਬੜਾ ਧੰਨਵਾਦ ਆ ਹਰ ਕਿਸੇ ਦੀ ਪਰਮਾਤਮਾ ਨੇ ਆਪਣੀ ਆਪਣੀ ਡਿਊਟੀ ਲਈ ਹੈ ਜੇ ਕੋਈ ਬੰਦਾ ਕੈਮਰੇ ਦੇ ਮੋਰੇ 10% ਕਰ ਰਿਹਾ ਸੇਵਾ ਤਾਂ ਕੈਮਰੇ ਦੇ ਪਿੱਛੇ 100% ਕਰ ਰਿਹਾ ਤਾਂ ਦੋਨਾਂ ਨੂੰ ਆਪਣੀ ਆਪਣੀ ਪਰਸੈਂਟੇਜ ਦੇ ਹਿਸਾਬ ਨਾਲ ਫਲ ਮਿਲਣਾ ਹੈ ਜ਼ਰੂਰੀ ਨਹੀਂ ਕਿ ਜੇ ਮੇਰੇ ਵਰਗਾ ਕੈਮਰੇ ਦੇ ਮੋਹਰੇ ਕਰਾਂ ਤਾਂ ਮੈਨੂੰ ਰੱਬ ਨੇ ਜ਼ਿਆਦਾ ਦੇ ਦੇਣਾ ਪਰਮਾਤਮਾ ਦੇ ਜਿਹੜੇ ਖਾਤੇ ਨੇ ਪਰਮਾਤਮਾ ਦੇ ਜਿਹੜੇ ਪਰਮਾਤਮਾ ਕਿ ਕਹਿ ਲਉ ਕਿ ਕੱਲਾ ਫੇਸਬੁੱਕ ਤੇ ਇੰਸਟਾਗ੍ਰam ਤੇ ਬਹਿ ਕੇ ਤੁਹਾਡੇ ਕਰਮ ਨਹੀਂ ਲਿਖਦਾ ਉਹ ਉਸਲੀ ਚ ਦੇਖਦਾ ਹੈ ਕਿ ਕਿਹੜਾ ਬੰਦਾ ਕੈਮਰੇ ਮੋਹਰੇ ਚੰਗਾ ਹੈ ਕਿਹੜਾ ਕੈਮਰਾ ਬੰਦ ਕਰਕੇ ਚੰਗਾ ਗੌਰ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਕਮੈਂਟ ਕਰਿਓ ਇਨਾਂ ਪੇਸ਼ੈਂਟਾਂ ਲਈ ਅਰਦਾਸ ਕਰਿਓ ਉਹਨਾਂ ਦੇ ਸਿਹਤ ਯਾਬੀ ਲਈ ਕਮੈਂਟ ਕਰਿਓ ਇਹਨਾਂ ਨੂੰ ਵੀਡੀਓ ਸੇਅਰ ਕਰਿਓ ਸਾਨੂੰ ਸੁਝਾਅ ਆਵਦੇ ਹੋ ਪਹਿਲੀ ਐਨ ਜੀਓ ਐਸੀ ਜਿਹੜੀ ਬਿਨਾ ਖਾਤੇ ਤੋਂ ਬਿਨਾ ਕਾਊਂਟ ਨੰਬਰ ਤੋਂ ਇੰਨੀ ਕਠਿਨਾਈਆਂ ਨਾਲ ਚੱਲ ਰਹੀ ਹੈ ਤੇ ਤੁਹਾਡੇ ਸਾਥ ਦੇ ਸਹਿਯੋਗ ਦੀ ਬਹੁਤ ਲੋੜ ਬਹੁਤ ਬਹੁਤ ਥੈਂਕ ਯੂ ਵੀਡੀਓ ਦੇਖਣ ਲਈ ਤੇ ਜਰੂਰ ਸ਼ੇਅਰ ਕਰਿਓ